ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭੈਣਾਂ ਭਰਾਵਾਂ ਦਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸਾਹਨੇਵਾਲ, ਜਿੱਥੇ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਚੱਲ ਰਿਹਾ, ਅਤੇ ਇਸ ਟਾਈਮ ਹਾਂ ਅਸੀਂ ਨਿਊ ਗੁਰਦੀਪ ਐਗਰੋ ਦੀ ਸਟਾਲ 'ਤੇ, ਅਤੇ ਨਿਊ ਗੁਰਦੀਪ ਕੰਬਾਈਨ ਦੇ ਨਾਮ 'ਤੇ ਫੇਮਸ ਹੈ। ਹੁਣ ਇਹਦੇ ਬਾਰੇ ਅਸੀਂ ਨਿਊ ਗੁਰਦੀਪ ਦੇ MD ਸੋਹਨ ਸਿੰਘ ਸੋਨੀ ਜੀ ਤੋਂ ਜਾਣਦੇ ਹਾਂ ਕਿ ਕੰਪਨੀ ਹੋਰ ਕਿਹੜੇ ਨਵੇਂ ਪ੍ਰੋਡਕਟ ਤਿਆਰ ਕਰ ਰਹੀ ਹੈ, ਅਤੇ ਬਾਕੀ ਪ੍ਰੋਡਕਟਾਂ ਬਾਰੇ ਵੀ ਜਾਣਕਾਰੀ ਲੈਂਦੇ ਹਾਂ। ਮੈਂ ਸਾਰੇ ਕਿਸਾਨ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਅਤੇ ਮੇਰੇ ਵੀਰ ਜਿਨ੍ਹਾਂ ਨੂੰ ਮੈਂ ਕਟਰ ਸੇਲ ਕੀਤਾ ਸੀਗਾ, ਇਹ ਵੀ ਮੇਰੇ ਨਾਲ ਨੇ। ਅਸਲ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਹੜਾ ਮੇਜ਼ ਹੈਡਰ ਆ, ਇਸ ਮੇਜ਼ ਹੈਡਰ ਦੇ ਵਿੱਚ ਕਾਫੀ ਖਾਸੀਅਤਾਂ ਨਾਲ ਬਣਾਇਆ ਗਿਆ ਹੈ। ਇਹਦੇ ਵਿੱਚ ਕਾਫੀ ਕੁਛ ਨਵਾਂ ਪਾ ਕੇ ਦਿੱਤਾ ਗਿਆ ਕਿਸਾਨ ਵਾਸਤੇ। ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਆ ਵੀ ਜਿਹੜਾ ਇਹਦਾ ਗੇਅਰ ਬੋਕਸ ਆ, ਉਹ ਅਸੀਂ ਆਪ ਡਿਵੈਲਪ ਕਰਿਆ ਇਨ ਕੰਪਨੀ, ਅਤੇ ਇਸ ਦੇ ਵਿੱਚ ਜਿਹੜਾ ਮੇਨ ਬਲੇਡਾਂ ਦੀ ਗੱਲ ਹੁੰਦੀ ਆ, ਅਕਸਰ ਬਲੇਡਾਂ ਦਾ ਬਹੁਤ ਬੜਾ ਰੋਲ ਰਹਿੰਦਾ, ਅਤੇ ਇਸ ਦੇ ਵਿੱਚ ਅਸੀਂ ਜਿਹੜੇ ਕਟਰ ਦੇ ਰੂਲੇ ਲੱਠੇ ਦੀ ਜਗ੍ਹਾ ਪੈਪ ਲਗਾਇਆ, ਅਤੇ ਪੈਪ ਦੇ ਉੱਤੇ 5 ਬਲੇਡਾਂ ਦੇ ਵਿੱਚ 5 ਬਲੇਡ ਲਗਾਏ ਨੇ, ਜਿਹੜੇ ਇੱਕ ਰੂਲੇ ਨੂੰ 10 ਬਲੇਡ ਕਵਰ ਕਰਦੇ ਨੇ। ਅਤੇ ਜਿਹੜਾ ਪਹਿਲਾਂ ਹੈਡਰ ਹੁੰਦਾ ਸੀਗਾ, ਉਹ 90 ਡਿਗਰੀ ਤੋਂ ਬਾਅਦ ਬਲੇਡ ਕੰਮ ਕਰਦਾ ਸੀਗਾ, ਅਤੇ ਇਸ ਦੇ ਵਿੱਚ 72 ਡਿਗਰੀ ਤੋਂ ਬਾਅਦ ਬਲੇਡ ਜਿਹੜੇ ਲੱਗੇ ਹੋਏ ਨੇ ਉਹ ਕੰਮ ਕਰ ਰਹੇ ਨੇ, ਅਤੇ ਉਸ ਕਰਕੇ ਇਸ ਦੇ ਇਸ ਕਟਰ ਦੀ ਪਰਫੋਰਮੈਂਸ ਬਹੁਤ ਹੀ ਜ਼ਿਆਦਾ ਵਧੀਆ। ਤੁਸੀਂ ਵੀਡੀਓ ਦੇ ਵਿੱਚ ਦੇਖੇਂਗੇ, ਉਹ ਪ੍ਰੋਪਰ ਇੱਕ ਇੱਕ ਉਹਨੂੰ ਨੀਚੇ ਖਿੱਚਦਾ, ਅਤੇ ਉਸ ਤੋਂ ਛੱਲੀ ਉਤਾਰ ਕੇ ਇਕੱਲੀ ਛੱਲੀ ਹੈ ਜਿਹੜੀ, ਉਹ ਕੰਬਾਈਨ ਨੂੰ ਦਿੱਤੀ ਜਾਂਦੀ ਆ। ਉਸ ਦੇ ਨਾਲ ਕੰਬਾਈਨ ਦੀ ਪਰਫੋਰਮੈਂਸ ਦੇ ਵਿੱਚ ਅਤੇ ਦਾਣੇ ਦੇ ਨਿਕਾਲ ਦੇ ਵਿੱਚ ਕਾਫੀ ਜ਼ਿਆਦਾ ਕਲੀਅਰਟੀ ਆਈ ਆ, ਅਤੇ ਦਾਣੇ ਦਾ ਟੋਟਾ ਬਚਿਆ, ਅਤੇ ਕਿਸਾਨਾਂ ਨੂੰ ਜਿਹੜਾ ਉਹਦਾ ਭਾਅ ਅਤੇ ਮੁੱਲ ਆ ਉਹ ਵੀ ਪ੍ਰੋਪਰ ਮਿਲਦਾ, ਕਿਉਂਕਿ ਉਸਦੀ ਸਫਾਈ ਬਹੁਤ ਜ਼ਿਆਦਾ ਆਉਂਦੀ ਆ। ਇਸ ਗੱਲਾਂ ਨੂੰ ਲੈ ਕੇ ਜਿਹੜਾ ਕਟਰਾ ਉਹ ਕਾਫੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਖਾਸੀਅਤ ਪੈਦਾ ਕਰ ਚੁੱਕਿਆ, ਅਤੇ ਆਮ ਲੋਕਾਂ ਨੇ ਚਲਾ ਵੀ ਲਿਆ, ਵਰਤ ਵੀ ਲਿਆ, ਅਤੇ ਇਸ ਦੀਆਂ ਖੂਬੀਆਂ ਨੂੰ ਜਾਣ ਵੀ ਲਿਆ, ਅਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ। ਅਤੇ ਅਸੀਂ ਤੁਹਾਨੂੰ ਇੱਕ ਹੋਰ ਸਭ ਤੋਂ ਵਧੀਆ ਗੱਲ ਦੱਸਣ ਜਾ ਰਿਹਾ, ਜਿਹੜੀ ਸਾਡੀ ਇਹ ਕੰਬਾਈਨ ਆ, ਸਾਡੀ ਕੰਬਾਈਨ ਆ, ਇਸ ਕੰਬਾਈਨ ਦੇ ਵਿੱਚ ਅਸੀਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਨਵੀਂ ਆਪਸ਼ਨ ਦੇਣ ਜਾ ਰਹੇ ਹਾਂ। ਇਸੇ ਕੰਬਾਈਨ ਦੇ ਵਿੱਚ ਇਹ ਸਿੰਗਲ ਥ੍ਰੈਸ਼ਰ ਕੰਬਾਈਨ ਆ, ਇਸੇ ਕਮਾਈ ਦੇ ਵਿੱਚ ਐਕਸੈਸਰੀ ਦੇ ਤੌਰ 'ਤੇ ਤੁਸੀਂ ਇਹਨੂੰ ਡਬਲ ਥ੍ਰੈਸ਼ਰ ਕਰ ਸਕਦੇ ਹੋ, ਤੁਹਾਨੂੰ ਅਦਰ ਜਾਂ ਨਵੀਂ ਕਮਾਈਨ ਲੈਣ ਦੀ ਕੋਈ ਲੋੜ ਨਹੀਂ। ਇਹ ਕਮਾਈਨ ਆ ਜਿਹੜੀ ਇਹ ਪਲੇਟ ਵਾਡੀ ਦੇ ਵਿੱਚ ਬਣੀ ਹੋਈ ਹੈ ਜੀ, ਇਹ ਕਮਾਈਨਾਂ ਤੁਹਾਨੂੰ ਡਬਲ ਅਤੇ ਸਿੰਗਲ ਥ੍ਰੈਸ਼ਰ ਦੋਨਾਂ ਦੇ ਵਿੱਚ ਅਵੇਲੇਬਲ ਹੋਣਗੀਆਂ। ਅਤੇ ਸੋਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ। ਇਹ ਫਾਰਮਰ ਨੇ ਨਿਊ ਗੁਰਦੀਪ 'ਤੇ ਜਿਨ੍ਹਾਂ ਨੇ ਪਰਚੇਜ਼ ਵੀ ਕੀਤਾ ਮੇਜ਼ ਕਟਰ, ਅਤੇ ਉਹਦੇ ਬਾਰੇ ਜਾਣਕਾਰੀ ਦੇਣਗੇ। ਹਾਂਜੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਦੱਸੋ ਜੀ, ਵੀ ਮੇਜ਼ ਕਟਰ ਜਿਹੜਾ ਤੁਸੀਂ ਪਰਚੇਜ਼ ਕੀਤਾ ਸੀ, ਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਆ? ਮੇਰਾ ਨਾਮ ਆ ਜੀ ਜਤਿੰਦਰ ਸਿੰਘ, ਪਿੰਡ ਹਰਬੰਸਪੁਰਾ ਜੀ, ਜ਼ਿਲ੍ਹਾ ਲੁਧਿਆਣਾ। ਅਸੀਂ ਪਿਛਲੇ ਸਾਲ ਮੱਕੀ ਦਾ ਜਿਹੜਾ ਸੀਜ਼ਨ ਲੰਘਿਆ ਜੀ, ਅਸੀਂ ਇਹਦੇ ਵਿੱਚ ਮੇਜ਼ ਕਟਰ ਲਿਆ ਸੀਗਾ। ਅੱਛਾ ਜੀ। ਤੇ ਬਹੁਤ ਵਧੀਆ ਚੱਲਿਆ, ਨਵੇਂ ਮਾਡਲ 'ਚ ਇਹਨਾਂ ਨੇ ਬਣਾਇਆ ਪਿਛਲੇ ਸਾਲ, ਤੇ PDO ਮਾਡਲ ਮਤਲਬ ਇਹਨਾਂ ਨੇ ਕੱਢਿਆ ਸੀਗਾ, ਬਹੁਤ ਵਧੀਆ ਪਰਫੋਰਮੈਂਸ ਰਹੀ ਆ, ਕੋਈ ਦਿੱਕਤ ਨਹੀਂ ਆਈ ਸਾਨੂੰ। ਜੇ ਕੋਈ ਦਿੱਕਤ ਆਈ ਆ ਤਾਂ ਕੰਪਨੀ ਵਾਲਿਆਂ ਨੇ ਸਾਡੇ ਕੋਲ ਪਹੁੰਚ ਕੇ ਵਧੀਆ ਸਾਨੂੰ ਰਿਸਪੌਂਸ ਦਿੱਤਾ ਜੀ। ਅਤੇ ਅਸੀਂ ਸਮੇਂ ਸਮੇਂ 'ਤੇ ਨਿਊ ਗੁਰਦੀਪ ਦੇ ਬਾਕੀ ਪ੍ਰੋਡਕਟਸ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਾਂ, ਅਤੇ ਅੱਗੇ ਵੀ ਦਿੰਦੇ ਰਹਾਂਗੇ। ਨਵੀਂ ਵੀਡੀਓ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਆਗਿਆ, ਧੰਨਵਾਦ।